मारने चाहिए पत्थर मेरा मारिया। एक मामला सामने आया जहां पर एक 24 साल के नौजवान का बेरहमी से कत्ल कर दिया गया। जी हाँ, आपसे रंजिश के चलते जो है इस वारदात को अंजाम दिया गया। दरअसल मामला जो है मोगा के जिले बागा पुराना शहर से सामने आया जहां पर इस नौजवान का कत्ल किया गया। मिली जानकारी के मुताबिक जो है बागा पुराना की दलीप बस्ती में कुछ अज्ञात लोगों ने जो है 24 साल के मनप्रीत सिंह उर्फ कांचा बेटे निर्भय सिंह का पुरानी रंजिश के चलते जो है तेज धार हथियार से कत्ल कर दिया। जिसके बाद जो है बागा पुराना पुलिस ने घटना स्थल पे पहुंच कर जांच शुरू कर दी है। कत्ल होने के कारण क्या है इस सब की तफ्तीश करने में पुलिस लगातार जो है जुटी हुई है, और इसी के तहत जो है ये सब को जो है पुलिस जांच के बाद पता लगा कि जो हमला करने वाले थे उसके मुख्य दोषी जो है लवली जो की मुख्तियार सिंह का बेटा है उसके सहित 15 से 20 लोग जो थे साथ थे, जिन्होंने तेज धार हथियार के साथ जो मनप्रीत सिंह के पर जो है हमला किया गया, पुरानी रंजिश के चलते जो है हमला किया। ऐसे में मनप्रीत की तरफ से जो है अपनी पड़ोसन के साथ रहती लड़की के साथ जो है प्रेम विवाह करवाया था, जिसके चलते ये पुरानी रंजिश जो है रखी गई थी, और ऐसे में इसके चलते आज जो है हमला किया गया और बेरहमी से कत्ल कर दिया गया। ਕਿੱਥੋਂ ਰਹਿਣ ਵਾਲੇ ਤੁਸੀਂ? ਮੇਰਾ ਸਾਹਮਣੇ ਘਰ ਹੈ, ਇੱਥੇ ਮੇਰੇ ਗੁਆਂਢ 'ਚ ਆ। ਮੈਂ ਅੰਦਰ ਘਰੇ ਬੈਠਾ ਸੀਗਾ, ਡਿਊਟੀ ਤੋਂ ਆ ਕੇ ਮੈਂ ਘਰੇ ਬੈਠਾ ਸੀਗਾ। ਹਾਂਜੀ, ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਏ ਉਹ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ। ਅੱਛਾ ਜੀ। ਮੈਂ ਜਦੋਂ ਭੱਜ ਕੇ ਆਇਆ ਉੱਥੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ, ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ, ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ। ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖਿਆ ਇੱਥੇ ਟਿਕਿਆ ਪਿਆ ਸੀਗਾ ਬੰਦਾ, ਤੇ ਮੈਂ ਵੇਖ ਲਏ ਲਗਭਗ ਉਹ ਖਤਮ ਹੀ ਹੈ ਮੁੰਡਾ। ਤੇ ਉਦੋਂ ਬਾਅਦ 'ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਉਹ। ਹਾਂਜੀ, ਪਰ ਉਦੋਂ ਬਾਅਦ 'ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ, ਵਿਚਾਰੇ ਦੀ ਡੈਥ ਹੋ ਗਈ ਉਹਦੀ। ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ। ਕਿੰਨੇ ਕੁ ਬੰਦੇ ਸੀ ਉਹ? ਹੈਂਜੀ, ਬੰਦੇ ਕਿੰਨੇ ਕੁ ਸੀ? ਬੰਦੇ ਉਹ 8-10 ਦੇ ਕਰੀਬ ਸੀਗੇ ਲਗਭਗ। ਉਹਨਾਂ ਕੋਲ ਕੀ ਸੀਗਾ ਜੀ? ਉਹਨਾਂ ਕੋਲ ਕਾਪੇ ਕੁੱਪੇ ਅਤੇ ਤਲਵਾਰ ਤੇਜ਼ ਧਾਰ ਹਥਿਆਰ ਸੀਗੇ, ਜਿਹਨਾਂ ਨਾਲ ਮਾਰ ਕੇ ਉਹਨੇ ਇੱਥੋਂ ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ। ਪਛਾਣ ਨਹੀਂ ਸੀ ਆਉਂਦੀ। ਮੈਂ ਨਾਲ ਦੇ ਉਹਨੇ ਬਸਤੀ ਵਾਲੇ ਮੁੰਡੇ ਨੂੰ ਪੁੱਛਿਆ ਵੀ ਇਹ ਕੌਣ ਹੈ? ਉਹਨਾਂ ਨੇ ਮੈਂ ਦੱਸਿਆ ਕਿ ਨਿਰਭੈ ਦਾ ਮੁੰਡਾ ਹੈ, ਉਹਨੂੰ ਇੱਥੇ ਇਹਨਾਂ ਛੋਟਾ ਨਾਂ ਉਹਦਾ ਕਾਂਚਾ ਲੈ ਕੇ ਕਹਿੰਦੇ ਸੀਗੇ, ਕਹਿੰਦੇ ਕਾਂਚਾ ਹੈ ਮੁੰਡਾ ਇਹ, ਅਤੇ ਉਹ ਕਹਿੰਦੇ ਉਹੀ ਆ ਉਹਦਾ ਨਿਰਭੈ ਦਾ ਮੁੰਡਾ ਹਲਵਾਈ ਦਾ ਉਹ ਸੀਗਾ। ਪਰ ਮੈਨੂੰ ਇੰਨਾ ਕੁ ਪਤਾ ਲੱਗਿਆ ਜਦੋਂ ਮੈਂ ਵੇਖਿਆ, ਅਤੇ ਫਿਰ ਮੁੜ ਕੇ ਉਹਨਾਂ ਦੇ ਵਾਰਸ ਆ ਗਏ ਅਤੇ ਉਹ ਚੱਕ ਕੇ ਉਹਨਾਂ ਨੂੰ ਲੈ ਗਏ। ਵਾਰਸਾ ਕਿੰਨੇ ਕੁ ਵਜੇ ਦੀ ਆ? ਬਸ ਜਸਟ 2 ਘੰਟਾ ਕੁ ਪਹਿਲਾਂ ਦੀ ਹੋਊਗੀ, ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 1-1.5 ਘੰਟਾ ਪਹਿਲਾਂ ਦੀ। ਕਿੱਥੇ ਰਹਿੰਦੇ ਹੋ? ਬਾਗੇ ਪੁਰਾਣੇ ਦਿੱਲੀ ਵਸਨੀ। ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਜੀ? ਵਾਰਦਾਤ ਮੇਰਾ ਮੁੰਡਾ ਵੜਦਾ। ਕਿਵੇਂ ਜੀ? ਨਾਨੀ ਨੇ ਇੱਥੇ ਇੱਕ ਅਕਵਾਲੇ ਦੀ ਕੁੜੀ ਆ, ਉਹਦੇ ਅੱਗੇ ਵੀ ਕਈ ਕੇਸ ਇੱਥੇ ਥਾਣੇ 'ਚ ਆਏ ਆ, ਜਿੰਨਾ ਕਈਆਂ ਤੋਂ 1 ਲੱਖ ਲਏ ਗਏ ਤੇ 2 ਲੱਖ ਲਏ। ਉਹ ਜਨਾਨੀ ਨੇ ਬੰਦੇ ਪਤਾ ਨਹੀਂ ਕਿੱਥੋਂ ਸੱਦੇ ਆ, ਉਹ ਜਨਾਨੀ ਨੇ ਮੁੰਡਾ ਮਰਾਇਆ ਮੇਰਾ। ਇਹ ਵਾਕਿਆ ਕਿਹਾ? ਉਹਦੇ ਭਰਾ, ਮੈਂ ਤਾਂ ਚਲਿਆ ਗਿਆ ਜੀ ਬਹੁ, ਮੈਂ ਹਲਵਾਈ ਦਾ ਕੰਮ ਕਰਦਾ, ਮੈਂ ਤਾਂ ਮੋਗੇ ਪੈਲਸ ਚਲਿਆ ਗਿਆ ਜੀ, ਉਹਦੇ ਜਿਹੜਾ ਪੈਲਸ ਆ ਉੱਥੇ ਚਲਿਆ ਗਿਆ ਜੀ। ਉੱਥੋਂ ਆਇਆ ਵਾਪਸ, ਮੈਨੂੰ ਕਹਿੰਦੇ ਵੀ ਮੁੰਡੇ ਦੇ ਸੱਟਾਂ ਵੱਜੀਆਂ ਵੀ ਤੂੰ ਆ ਜਾ, ਅਤੇ ਮੈਂ ਇੱਥੇ ਪਤਾ ਲੱਗਿਆ ਜੀ ਮਰ ਗਿਆ। ਕਿੰਨੇ ਜਣੇ ਲੋਕਾਂ ਨੇ ਹਮਲਾ ਕੀਤਾ ਉੱਥੇ? ਠੀਕ ਹੈ ਜੀ, 10-15 ਜਣੇ। ਪਤਾ ਨਹੀਂ 10-15 ਨਹੀਂ, ਇਹ ਨਹੀਂ ਕਹਿ ਸਕਦੇ ਜੀ, ਇਹ ਨਹੀਂ ਕਹਿ ਸਕਦੇ ਜੀ। ਗੱਡੀ ਦੇ ਉਹ ਜਨਾਨੀ ਨੇ ਬੁਲਾਈ, ਜਨਾਨੀ ਇਹਨਾਂ ਦੀ ਚੱਕੀ ਨਹੀਂ ਆ, ਪਤਾ ਨਹੀਂ ਕੀ ਕਾਰਵਾਈ ਕਰਨਗੇ ਕੀ ਨਾ ਕਰਨਗੇ ਪੁਲਿਸ ਵਾਲਿਆਂ ਦੀ। ਹੁਣ ਤੁਸੀਂ ਕੀ ਮੰਗ? ਤੁਹਾਡੀ ਮੰਗ ਕੀ? ਮੰਗ ਕੀ ਹੈ ਜੀ? ਉਹਨਾਂ ਨੂੰ ਸਜ਼ਾ ਹੋਈ ਸੀ ਜਾਵੇ। ਕਾਰਨ ਕੀ ਲੱਗਦਾ ਵੱਡਾ ਕਿਉਂ ਤੁਹਾਡੇ ਮੁੰਡੇ ਹਮਲਾ ਕੀਤਾ ਜੀ?